ਲੋਕਸਭਾ ਚੋਣਾਵਾਂ 2024 ਟਿਕਟਾਂ ਵੰਡੀ ਜਾ ਰਹੀਆਂ ਨੇ। ਜੇ ਪੰਜਾਬ ਦੀ ਗੱਲ ਕਰੀਏ ਤਾਂ ਕਾਂਗਰਸ ਨੇ ਫਤਿਹਗੜ੍ਹ ਸਾਹਿਬ ਤੋਂ ਆਪਣੇ MP ਡਾਕਟਰ ਅਮਰ ਸਿੰਘ ਤੇ ਭਰੋਸਾ ਦਿੱਤਾ ਔਰ ਸਾਡੇ ਨਾਲ ਮੌਜੂਦ ਨੇ ਡਾਕਟਰ ਅਮਰ ਸਿੰਘ। ਅਮਰ ਸਿੰਘ ਜੀ, ਬਹੁਤ ਬਹੁਤ ਸਵਾਗਤ ਹੈ ਨਿਊਜ਼ 18 ਤੇ। ਬਹੁਤ ਤੁਹਾਡਾ ਧੰਨਵਾਦ ਹੈ ਜੀ। ਮੈਂ ਆਪਣੇ ਫਤਿਹਗੜ੍ਹ ਸਾਹਿਬ ਦੇ ਸਾਰੇ ਵੋਟਰਾਂ ਦਾ, ਛੋਟੇ ਸਾਹਿਬਜ਼ਾਦਿਆਂ ਦੀ ਮਿਹਰਬਾਨੀ ਨਾਲ, ਕਾਂਗਰਸ ਹਾਈਕਮਾਂਡ ਔਰ ਸਟੇਟ ਸਾਡੀ ਲੀਡਰਸ਼ਿਪ ਦੀ ਮਿਹਰਬਾਨੀ ਨਾਲ ਮੈਨੂੰ ਦੁਬਾਰਾ ਟਿਕਟ ਮਿਲੀ ਆ। ਮੈਂ ਸਾਰਿਆਂ ਦਾ ਨਤਮਸਤਕ ਹੁੰਦਾ ਔਰ ਧੰਨਵਾਦ ਕਰਦਾ। ਜਿੱਦਾਂ ਜ਼ਿਕਰ ਕੀਤਾ, ਇੱਕ ਪੜ੍ਹੇ ਲਿਖੇ ਤੁਸੀਂ MP ਹੋ, ਤੁਹਾਡੀ ਜੇ ਬੈਕਗ੍ਰਾਊਂਡ ਦੀ ਆਪਾਂ ਗੱਲ ਕਰੀਏ, ਤੁਸੀਂ ਆਫਿਸਰਸ ਰੈਂਕ ਰਿਹਾ, ਗਵਰਨਮੈਂਟ ਆਫ ਇੰਡੀਆ 'ਚ ਕੰਮ ਕੀਤਾ, ਐਜੂਕੇਸ਼ਨ ਵਾਈਜ਼ ਤੁਹਾਡੇ ਜੇ ਦੇਖਿਆ ਜਾਏ, ਹੁਣ ਦੀ ਸਿਚੁਏਸ਼ਨ ਕਿਵੇਂ ਦੇਖਦੇ ਹੋ? 2024 ਦੀ ਟਿਕਟ ਮਿਲ ਗਈ ਹੈ, ਤੁਹਾਡੇ 'ਤੇ ਭਰੋਸਾ ਜਤਾਇਆ ਕਾਂਗਰਸ ਹਾਈਕਮਾਨ ਨੇ, ਤੁਹਾਨੂੰ ਜ਼ਿਆਦਾ ਦੌੜ ਭੱਗ ਨਹੀਂ ਕਰਨੀ ਪਈ? ਉਹ ਕਹਿੰਦੇ ਲੋਬਿੰਗ, ਉਹ ਨਹੀਂ ਕਰਨੀ ਪਈ? ਨਹੀਂ, ਦੇਖੋ ਇਸ ਤਰ੍ਹਾਂ ਹੈਗਾ, ਕਾਂਗਰਸ ਪਾਰਟੀ ਦਾ ਟਿਕਟ ਦੇਣ ਦਾ ਇੱਕ ਪ੍ਰੋਸੀਜਰ ਰਹਿੰਦਾ, ਉਹਦੇ 'ਚ ਸਿਟਿੰਗ ਜਾਂ ਨਾਨ ਸਿਟਿੰਗ ਦਾ ਕੋਈ ਬਹੁਤਾ ਫਰਕ ਹੁੰਦਾ ਨਹੀਂ ਆ। ਉਹ ਆਪਣੇ ਪ੍ਰੋਸੈਸ ਨਾਲ, ਤਰੀਕੇ ਨਾਲ ਟਿਕਟ ਦਿੰਦੇ ਆ, ਆਪਣਾ ਸਰਵੇ ਕਰਾਉਂਦੇ ਆ, ਸਟੇਟ ਦੀ ਲੀਡਰਸ਼ਿਪ ਨੂੰ ਪੁੱਛਦੇ ਆ, ਸਾਡੇ ਇੰਚਾਰਜ ਹੁੰਦੇ ਆ ਸਟੇਟਾਂ ਦੇ, ਉਹਨਾਂ ਨੂੰ ਪੁੱਛਦੇ ਆ, ਸਕਰੀਨਿੰਗ ਕਮੇਟੀ ਬਣਦੀ ਆ ਉਹਨਾਂ ਨੂੰ ਪੁੱਛਦੇ ਆ, ਔਰ ਇੱਥੋਂ ਦੇ ਵੀ ਜਿਹੜੇ ਸਾਡੇ ਲੋਕਲ ਲੀਡਰ ਹੁੰਦੇ ਆ ਉਹਨਾਂ ਸਾਰਿਆਂ ਨੂੰ ਪੁੱਛਦੇ ਆ। ਸਾਨੂੰ ਉਮੀਦ ਤਾਂ ਸੀਗੀ ਸਭ ਨੂੰ ਹੁੰਦੀ ਹੈ, ਪਰ ਕਨਫਰਮੇਸ਼ਨ ਨਹੀਂ। ਕਨਫਰਮੇਸ਼ਨ ਤਾਂ ਚੰਗੀ ਲੱਗਦੀ ਹੈ ਜੀ, ਜਦੋਂ ਤੁਹਾਡਾ ਲਿਸਟ 'ਚ ਨਾਂ ਆ ਗਿਆ, ਆਰਡਰ ਮਿਲ ਗਿਆ, ਤੇ ਖੁਸ਼ੀ ਤਾਂ ਬਹੁਤ ਹੁੰਦੀ ਹੈ। ਤਾਂ ਹੀ ਤਾਂ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਧੰਨਵਾਦ ਕਰ ਰਿਹਾ, ਕਾਂਗਰਸ ਹਾਈਕਮਾਂਡ ਨੂੰ ਔਰ ਸਾਡੇ ਸੂਬੇ ਦੀ ਲੀਡਰਸ਼ਿਪ ਨੂੰ। ਉਹਨਾਂ ਸਾਰਿਆਂ ਨੇ ਮੇਰੇ 'ਤੇ ਮਿਹਰਬਾਨੀ ਕੀਤੀ ਆ, ਮੇਰੇ 'ਤੇ ਭਰੋਸਾ ਜਤਾਇਆ। ਆਮ ਆਦਮੀ ਪਾਰਟੀ ਦੇ ਗੁਰਪ੍ਰੀਤ GB ਮੈਦਾਨ ਵਿਚ ਨੇ, ਤੁਹਾਡਾ ਪੁਰਾਣਾ ਹਲਕਾ, ਤੁਸੀਂ MP ਉਥੋਂ, ਮੁੱਦੇ ਕੀ ਲੱਗਦਾ ਤੁਹਾਨੂੰ ਕੀ ਨੇ ਲੋਕ ਸਭਾ ਚੋਣਾਂ ਵਿਚ? ਦੇਖੋ ਮੁੱਦੇ ਤਾਂ ਜਿਹੜੇ ਮੁੱਦੇ, ਦੇਖੋ ਪੰਜਾਬ, ਦੇਖੋ ਆਪਣਾ ਕ੍ਰਿਸ਼ੀ ਪ੍ਰਧਾਨ, ਇਹ ਐਗਰੀਕਲਚਰ ਬੇਸਡ ਇੱਥੇ ਸਾਰਾ ਕੁਛ ਹੈਗਾ, ਕਿਸਾਨੀ ਵੀ ਆ, ਜਿਹੜੀਆਂ ਛੋਟੀ ਮੋਟੀ ਇੰਡਸਟਰੀ ਆ ਉਹਨਾਂ 'ਚ ਮਜੋਰਿਟੀ ਜਾਂ ਤਾਂ ਟਰੈਕਟਰਾਂ ਦੇ ਪਾਰਟ ਬਣਾਉਂਦੇ ਆ, ਟਰੈਕਟਰ ਬਣਾਉਂਦੇ ਆ, ਉਹਨਾਂ ਦੇ ਸੰਦ ਬਣਾਉਂਦੇ ਆ, ਫਿਰ ਫਸਲਾਂ ਨੂੰ ਕੱਟਣ ਦੀਆਂ ਮਸ਼ੀਨਾਂ ਬਣਾਉਂਦੇ ਆ, ਬੀਜਣ ਦੀਆਂ ਮਸ਼ੀਨਾਂ, ਮਤਲਬ ਤਰ੍ਹਾਂ 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 ਦਾ ਜਿਹੜਾ ਕੰਮ ਹੈ ਉਹ ਮਜੋਰਿਟੀ ਮੈਂ ਕਹੂੰਗਾ ਇੱਥੇ ਐਗਰੀਕਲਚਰ ਰਿਲੇਟਡ, ਠੀਕ ਹੈ ਜੀ। ਦੂਸਰੀ ਜਿਵੇਂ ਮੰਡੀ ਗੋਬਿੰਦਗੜ੍ਹ ਆ ਗਈ, ਖੰਨਾ ਆ ਗਿਆ, ਇੱਧਰ ਕੁਛ ਸਟੀਲ ਮਿਲਸ ਨੇ, ਫਰਨਿਸ ਮਿਲਸ ਨੇ, ਰੋਲਿੰਗ ਮਿਲਸ ਹੈਗੀਆਂ, ਠੀਕ ਹੈ ਜੀ। ਖੰਨੇ 'ਚ ਫੀਡ ਇੰਡਸਟਰੀ ਬਹੁਤ ਜ਼ਿਆਦਾ ਹੈਗੀ ਆ, ਖੰਨਾ ਸੈਂਟਰ ਹੈਗਾ ਫੀਡ ਇੰਡਸਟਰੀ ਦਾ। ਸਾਨੇਵਾਲ 'ਚ ਹਰ ਤਰ੍ਹਾਂ ਦੀ ਇੰਡਸਟਰੀ ਆ, ਆਪਣੀ ਪਲਾਈਵੁੱਡ ਦੀ ਬਹੁਤ ਵੱਡੀ ਉੱਥੇ ਇੰਡਸਟਰੀ ਹੈਗੀ ਆ, ਬਾਕੀ ਉੱਥੇ ਹਰ ਤਰ੍ਹਾਂ ਦੀ ਇੰਡਸਟਰੀ ਹੈਗੀ ਆ, ਦੁਰਾਹੇ ਇੰਡਸਟਰੀ ਹੈਗੀ ਆ, ਮੰਡੀ ਗੋਬਿੰਦਗੜ੍ਹ 'ਚ ਹੈਗੀ ਆ, ਅਤੇ ਇਲਾਕੇ 'ਚ ਤਰ੍ਹਾਂ ਤਰ੍ਹਾਂ ਦੇ ਕੰਮ ਆ, ਐਗਰੀਕਲਚਰ ਵੀ ਆ, ਛੋਟੀ ਮੋਟੀ ਇੰਡਸਟਰੀ ਵੀ ਆ। ਦੇਖੋ ਇਸ਼ੂ ਇਹ ਆ ਕਿ ਜਿਹੜੀ ਕੇਂਦਰ 'ਚ ਇਸ ਵੇਲੇ ਸਰਕਾਰ ਹੈਗੀ ਆ, ਇਹਨਾਂ ਨੇ ਜਿਹੜੀ ਪੰਜਾਬ ਦਾ ਤਾਂ ਮੇਨ ਮੁੱਦਾ ਜਿਹੜਾ ਕਿਸਾਨੀ ਆ, ਠੀਕ ਹੈ ਜੀ, ਉਹਦੇ ਤਾਂ ਉਹਨਾਂ ਦਾ ਨੁਕਸਾਨ ਕਰਨ ਲਈ ਉਹ 3 ਕਾਨੂੰਨ ਬਣਾਏ, ਜਿਨ੍ਹਾਂ ਨੂੰ ਪੰਜਾਬ ਸਾਰਾ ਕਾਲੇ 3 ਕਾਨੂੰਨ ਕਹਿੰਦਾ ਹੈਗਾ। ਸਾਰਿਆਂ ਨੇ ਧਰਨੇ ਦਿੱਤੇ, ਅਸੀਂ MPਾਂ ਨੇ ਵੀ, ਅਸੀਂ ਦਿੱਲੀ ਜੰਤਰ ਮੰਤਰ ਬੈਠੇ ਸੀ ਅਤੇ ਉਹ ਵਾਪਸ ਕਰਵਾਏ, ਠੀਕ ਹੈ ਜੀ। ਮੰਸ਼ਾ ਇਹ ਸੀ ਕਿ ਉਹਨਾਂ ਦੀ ਜ਼ਮੀਨ ਲੈ ਕੇ, ਜ਼ਮੀਨਾਂ ਲੈ ਕੇ ਕੰਪਨੀਆਂ ਨੂੰ ਦੇ ਦਿੱਤੀਆਂ ਜਾਣ, ਸਰਕਾਰੀ ਜਿਹੜੀਆਂ ਮੰਡੀਆਂ ਨੇ ਉਹ ਖਤਮ ਕਰ ਦਿੱਤੀਆਂ ਜਾਣ। ਇਸ ਤਰ੍ਹਾਂ ਦੀਆਂ ਮੰਸ਼ਾ ਰੱਖਣਾ ਇਹ ਕੇਂਦਰ ਸਰਕਾਰ ਨੂੰ, ਜਿਹੜੀ BJP ਦੀ ਕਹਿ ਲਓ, NDA ਦੀ ਕਹਿ ਲਓ, ਮੋਦੀ ਸਾਹਿਬ ਦੀ ਸਰਕਾਰ ਕਹਿ ਲਓ, ਇਹ ਮੰਸ਼ਾ ਹੀ ਉਹਨਾਂ ਦੀ ਖਰਾਬ ਸੀ, ਉਹਦਾ ਵਿਰੋਧ ਹੋਇਆ। ਅੱਛਾ, ਦੂਸਰਾ ਦੇਖੋ,
ਆਪਣਾ ਨੌਜਵਾਨਾਂ ਨੇ ਕੋਈ ਨੌਕਰੀ ਲਈ ਕੰਮ ਨਹੀਂ ਕਰਦੇ, ਕੋਈ ਮਹਿੰਗਾਈ ਦਾ ਕੰਮ ਨਹੀਂ ਕਰਦੇ, ਹੋਰ ਹੀ ਕਿਸੇ ਪਾਸੇ ਮੁੱਦਾ ਲਿਜਾਂਦੇ ਰਹਿੰਦੇ ਆ। ਅਰੇ ਭਾਈ, ਤੁਸੀਂ 2 ਕਰੋੜ ਹਰ ਸਾਲ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ, ਉਹਦਾ ਕੀ ਕੀਤਾ? ਅਸੀਂ ਕਰਾਂਗੇ ਅਗਨੀਵੀਰ ਸਕੀਮ ਨੂੰ ਖਤਮ ਕਰਾਂਗੇ ਔਰ ਉਹਦੀ ਜਗ੍ਹਾ ਅਸੀਂ ਪੱਕੀ ਭਰਤੀ ਆਰਮੀ ਸ਼ੁਰੂ ਕਰਾਂਗੇ। ਠੀਕ ਹੈ ਜੀ। ਇੱਕ ਮੈਂ ਸਵਾਲ ਵਿੱਚ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਮੁਕਾਬਲਾ ਕਿਹਦੇ ਨਾਲ ਦੇਖਦੇ ਹੋ? ਕਿਉਂਕਿ ਮੌਜੂਦਾ ਸਰਕਾਰਾਂ ਦੀ ਪਾਰਟੀ ਦੀ ਹੈ, ਕੈਂਡੀਡੇਟ ਐਲਾਨੇ ਜਾ ਰਹੇ ਨੇ ਲਗਾਤਾਰ, ਤੁਹਾਡਾ ਮੁਕਾਬਲਾ ਤੁਸੀਂ ਕਿਵੇਂ ਨਾਲ ਆਪਣਾ ਕੀ ਦੇਖਦੇ ਹੋ? ਕਿਉਂਕਿ ਜਿਹਦਾ ਨੁਮਾਇੰਦਾ ਚੁਣਿਆ ਵਾ ਆਲਰੇਡੀ ਹੁੰਦਾ, ਲੋਕਾਂ ਲਈ ਇਹ ਵੀ ਚੁਣੌਤੀ ਹੁੰਦੀ ਹੈ ਕਿ 5 ਸਾਲ ਦਾ ਰਿਪੋਰਟ ਕਾਰਡ ਵੀ ਮੰਗਦੇ ਨੇ ਲੋਕ। ਨਹੀਂ ਦੇਖੋ ਜੀ, ਮੈਂ ਚਾਹੇ ਅਪੋਜੀਸ਼ਨ ਦਾ MP ਸੀ, ਦੇਖੋ ਅਪੋਜੀਸ਼ਨ ਚ ਜਿਹੜਾ ਮੇਨ ਰੋਲ ਹੁੰਦਾ ਉਹਦਾ ਇਹ ਰੋਲ ਹੁੰਦਾ ਕਿ ਤੁਹਾਡੀ ਜਿਹੜੀ ਪਾਰਲੀਮੈਂਟ ਔਰ ਤੁਹਾਡਾ ਸੂਬਾ ਉਹਦਾ ਹਰ ਮੁੱਦਾ ਤੁਸੀਂ ਆਪਣੀ ਪਾਰਲੀਮੈਂਟ ਦੇ ਪਟਲ ਤੇ ਉੱਥੇ ਆਪਣੀ ਗੱਲ ਕਹੋ। ਠੀਕ ਹੈ ਜੀ। ਕੋਈ ਮੁੱਦਾ ਇਹੋ ਜਿਹਾ ਨਹੀਂ ਹੈਗਾ। ਮੈਂ ਸਭ ਤੋਂ ਪਹਿਲਾਂ ਤਾਂ ਉਹ ਆਦਮੀ ਸੀ ਜਿਹਨੇ ਛੋਟੇ ਸਾਹਿਬਜ਼ਾਦਿਆਂ ਦੀ ਜਿਹੜੀ ਅਦੁੱਤੀ ਕੁਰਬਾਨੀ ਹੈ ਦੁਨੀਆ 'ਚ, ਹੋਰ ਕੋਈ ਕੁਰਬਾਨੀ ਨਹੀਂ, ਉਹ ਪਾਰਲੀਮੈਂਟ 'ਚ ਮੇਰੀ ਪਹਿਲੀ ਸਪੀਚ ਉਹਦੇ 'ਚ ਸੀ। ਸਾਰੀ ਦੁਨੀਆ, ਪਾਰਲੀਮੈਂਟ ਸਾਰੀ ਸੰਨ ਹੋ ਗਈ ਸੀ ਕਿ ਹੈ ਜਿਉਂਦੇ ਚਿੰਨ੍ਹ 'ਤੇ। ਮੈਂ ਕਿਹਾ ਜੀ ਜਿਉਂਦੇ ਚਿੰਨ੍ਹ 'ਤੇ ਸੀ, ਅਤੇ ਮੈਂ ਕਿਹਾ ਇਹ ਉੱਥੇ ਸਾਨੂੰ ਇੰਟਰਨੈਸ਼ਨਲ ਲੈਵਲ ਦੀਆਂ ਫੈਸਿਲਿਟੀਜ਼ ਦਿਓ, ਇੱਕ ਸਪੈਸ਼ਲ ਪੈਕੇਜ ਦਿਓ। ਠੀਕ ਹੈ ਜੀ। ਫਿਰ ਮੰਡੀ ਗੋਬਿੰਦਗੜ੍ਹ ਦੇ ਮੈਂ ਇਸ਼ੂ ਚੁੱਕੇ, ਕਿਸਾਨਾਂ ਦੀ MSP ਦਾ ਮੁੱਦਾ ਚੱਕਿਆ, ਮਜ਼ਦੂਰਾਂ ਦੇ ਮੁੱਦੇ ਚੱਕੇ, ਕੋਈ ਚੀਜ਼ ਨਹੀਂ ਹੈਗੀ। ਅੱਛਾ, ਫਿਰ ਜਿਹੜੀਆਂ ਫੈਸਿਲਿਟੀਜ਼ ਹੁੰਦੀਆਂ ਨੇ, ਟ੍ਰੇਨਾਂ ਦੀਆਂ ਰੋਕਣ ਦੀਆਂ ਮੁੱਦੇ ਚੱਕੇ, ਕਈ ਜਗ੍ਹਾ ਓਵਰ ਬ੍ਰਿਜ ਬਣਨ ਵਾਲੇ, ਅੰਡਰ ਬ੍ਰਿਜ ਬਣਨ ਵਾਲੇ ਆ ਕਈ ਜਗ੍ਹਾ, ਉਹ ਸਾਰੇ ਮੈਂ ਕੋਈ ਮੁੱਦਾ ਨਹੀਂ ਇਹੋ ਜਿਹਾ ਛੱਡਿਆ ਜਿਹੜਾ ਪਾਰਲੀਮੈਂਟ ਦਾ ਜਾਂ ਪੰਜਾਬ ਦਾ ਹੋਊਗਾ, ਜਿਹੜਾ ਮੈਂ ਨਾ ਚੱਕਿਆ ਹੋਵੇ। ਡਾਕਟਰ ਸਾਹਿਬ, ਰਾਮ ਮੰਦਰ ਬਣਿਆ, ਇੱਕ ਬਹੁਤ ਵੱਡਾ ਮੁੱਦਾ ਵੀ ਬਣਿਆ, ਕਾਂਗਰਸ ਬੀਜੇਪੀ ਕਾਂਗਰਸ ਤੇ ਆਪਸ ਬਹੁਤ ਤਲਖੀ ਟਿੱਪਣੀ ਚੱਲਦੀ ਰਹੀ, ਹੁਣ ਵੀ ਚੱਲਦੀ ਰਹੇਗੀ, ਡਿਊਰਿੰਗ ਇਲੈਕਸ਼ਨ ਚੱਲਦੀ ਰਹੇਗੀ, ਇਹਨੂੰ ਕਿਵੇਂ ਦੇਖ? ਦੇਖੋ, ਮੈਂ ਤਾਂ ਬੇਨਤੀ ਕਰਨਾ ਚਾਹੁੰਦਾ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਦੇਖੋ ਧਰਮ ਜਿਹੜਾ ਹੁੰਦਾ ਉਹ ਤੁਹਾਡਾ ਇੰਡੀਵਿਜੁਅਲ ਦਾ, ਇਨਸਾਨ ਦਾ ਹੁੰਦਾ ਆਪਣਾ। ਤੁਸੀਂ ਕਿਹੜੇ ਧਰਮ ਨੂੰ ਮੰਨਦੇ ਹੋ ਤੁਹਾਡੀ ਆਪਣੀ ਆਸਥਾ ਦਾ ਸਵਾਲ ਹੁੰਦਾ। ਇਹਦਾ ਰਾਜਨੀਤੀ 'ਚ ਧਰਮ ਨੂੰ ਲਿਆਉਣਾ ਨਹੀਂ ਚਾਹੀਦਾ। ਇਹ ਜੋ ਲੋਕ ਲਿਆ ਰਹੇ ਆ, ਮੈਂ ਤੇ ਸਮਝਦਾ ਸਿਧਾਂਤਕ ਤੌਰ ਤੱਕ ਕਿਉਂ ਗਲਤ ਕੰਮ ਕਰ ਰਿਹਾ, ਕਿਉਂਕਿ ਇਹ ਫਿਰ ਇਹਦਾ ਮਤਲਬ ਜੋ ਲੋਕ ਉਸ ਧਰਮ 'ਚ ਵਿਸ਼ਵਾਸ ਕਰਦੇ ਆ ਤੁਸੀਂ ਉਹਨਾਂ ਦੀਆਂ ਭਾਵਨਾਵਾਂ ਦੇ ਬੇਸਿਸ ਤੇ ਵੋਟ ਲੈਣਾ ਚਾਹੁੰਦੇ ਹੋ, ਤੁਸੀਂ ਆਪਣੇ 10 ਸਾਲ ਦੇ ਕੰਮ ਤੇ ਕਿਉਂ ਨਹੀਂ ਵੋਟ ਲੈ ਰਹੇ? ਮੇਰਾ ਸਵਾਲ ਹੈ, ਅਸਰ ਪਏਗਾ ਰਾਮ ਮੰਦਰ ਦੇ ਵੋਟਾਂ 'ਚ ਜਾਂ ਹਿੰਦੂ ਵੋਟ ਬੈਂਕ 'ਚ ਅਸਰ ਪਏਗਾ ਇਸ ਚੀਜ਼ ਦਾ ਤੁਹਾਨੂੰ ਲੱਗਦਾ? ਦੇਖੋ, ਮੈਂ ਇਹ ਗੱਲ ਕਹਿ ਨਹੀਂ ਸਕਦਾ। ਵੈਸੇ ਜਿਹੜਾ ਪੰਜਾਬ ਦਾ ਵੋਟਰ ਆ ਉਹ ਸਾਰੇ ਹਿੰਦੁਸਤਾਨ 'ਚ 2-3 ਸਟੇਟਾਂ ਜਿੱਥੇ ਬਹੁਤ ਸੁਚੇਤ ਵੋਟਰ ਹੁੰਦਾ, ਦੂਸਰੀਆਂ ਸਟੇਟਾਂ 'ਚ ਵੀ ਸੁਚੇਤ ਹੁੰਦਾ, ਪਰ ਪੰਜਾਬ ਦਾ, ਕੇਰਲਾ ਦਾ, ਕੁਛ ਇਹੋ ਜਿਹੇ ਸੂਬੇ ਆ ਜਿੱਥੇ ਬਹੁਤ ਸੁਚੇਤ ਵੋਟਰ ਆ। ਇਹ ਇਹੋ ਜਿਹੇ ਮੁੱਦਿਆਂ 'ਤੇ ਜ਼ਿਆਦਾ ਇਹਨਾਂ ਨੂੰ ਅਸਰ ਨਹੀਂ ਹੁੰਦਾ ਹੈਗਾ। ਇਹ ਜਿਹੜੇ ਅਸਲੀ ਮੁੱਦੇ ਆ, ਕਿਸਾਨੀ ਦੇ ਮੁੱਦੇ ਆ, ਹੁਣ ਜਿਹੜੀਆਂ ਮਿੱਲਾਂ ਨੇ ਸਾਨੂੰ, ਸਾਡੇ ਮੰਡੀ ਗੋਬਿੰਦਗੜ੍ਹ ਦੀਆਂ ਮਿੱਲਾਂ ਨੂੰ ਇੰਨੀ ਤਕਲੀਫ ਦਿੱਤੀ ਆ, GST 'ਤੇ, ਟੈਕਸਾਂ 'ਤੇ ਰੇਡ ਕਰ ਰਹੇ ਆ, ਫਲਾਣਾ ਕਰ ਰਹੇ ਆ, ਇਨਕਮ ਟੈਕਸ ਦੇ ਲੋਕ ਰੇਡ ਕਰ ਰਹੇ ਆ, ਇਹ ਕਿਉਂ ਰੇਡ ਰਾਜ ਬਣਾਇਆ ਹੋਇਆ ਜੀ, ਦੱਸੋ ਤਾਂ ਸਹੀ ਤੁਸੀਂ। ਨਹੀਂ, ਹੁਣ ਜਿੱਦਾਂ ਅਰਵਿੰਦ ਕੇਜਰੀਵਾਲ ਅੰਦਰ ਨੇ, ED ਨੇ, ਕੇਸ ਚੱਲ ਰਹੇ ਨੇ, ਮੈਂ ਉਹੀ ਪੁੱਛ ਰਿਹਾ ਸੀ ਤੁਹਾਡਾ ਮੁਕਾਬਲਾ ਕਿਸ ਦੇ ਨਾਲ ਮੰਨਦੇ ਹੋ? ਵੀ ਜਦੋਂ ਪਾਰਟੀਆਂ ਸਾਰੀਆਂ ਲੜਦੀਆਂ ਨੇ, ਪਰ ਮੁਕਾਬਲਾ ਤੁਹਾਨੂੰ ਮੇਨ ਕਿਹਦੇ ਨਾਲ ਲੱਗਦਾ? ਦੇਖੋ, ਅਜੇ ਤਾਂ ਕਿਉਂਕਿ ਕੈਂਡੀਡੇਟ ਅਨਾਊਂਸ ਹੀ ਹੋ ਰਹੇ ਆ, ਜਦੋਂ ਥੋੜਾ ਜਿਹਾ ਕੰਪੇਨ ਚੱਲਣੀ ਸ਼ੁਰੂ ਹੋ ਜੂਗੀ ਔਰ ਸਾਰੀਆਂ ਪਾਰਟੀਆਂ ਆਪਣੇ ਸਰਵੇ ਵੀ ਕਰਾਉਂਦੀਆਂ ਨੇ, ਉਦੋਂ ਫਿਰ ਪਤਾ ਲੱਗੂਗਾ। ਮੈਂ
ਆਪਣੀ ਲਾਈਫ ਜਦੋਂ ਦਾ ਵੀ ਪੋਲੀਟਿਕਸ ਆਇਆ ਕਦੇ ਵੀ ਕਿਸੇ ਆਪਣੇ ਵਿਰੋਧੀ ਨੂੰ ਇੱਕ ਤਾਂ ਕਮਜ਼ੋਰ ਨਹੀਂ ਸਮਝਦਾ ਔਰ ਮੈਂ ਆਪਣੇ ਵਿਰੋਧੀਆਂ ਦੇ ਖਿਲਾਫ ਕਦੇ ਵੀ ਕੋਈ ਭਾਸ਼ਣ ਨਹੀਂ ਕਰਦਾ ਜਾਂ ਮੈਂ ਉਹਨਾਂ ਨੂੰ ਚੰਗਾ ਮਾੜਾ ਨਹੀਂ ਕਹਿੰਦਾ ਹੈਗਾ। ਉਹ ਉਹਨਾਂ ਦੀ ਮਰਜ਼ੀ ਹੈਗੀ ਆ, ਮੇਰੀ ਆਪਣੀ ਮਰਜ਼ੀ ਰਹੂਗੀ, ਮੇਰੀ ਪਾਰਟੀ ਦੀ ਮਰਜ਼ੀ ਰਹੂਗੀ, ਅਸੀਂ ਆਪਣੇ ਹਿਸਾਬ ਨਾਲ ਕੰਮ ਕਰਾਂਗੇ, ਉਹ ਆਪਣੇ ਹਿਸਾਬ ਨਾਲ ਕੰਮ ਕਰਨਗੇ। ਬਿਲਕੁਲ। ਇੱਕ ਲਾਸਟ ਸਵਾਲ ਕਿ 5 ਸਾਲ ਬਾਅਦ ਕਹਿੰਦੇ ਨੇ ਐਂਟੀ ਇਨਕੰਬੈਂਸੀ ਜਾਂ ਕਹਿੰਦੇ ਕਿ ਦੁਬਾਰਾ ਉਸ ਲੋਕਾਂ ਦੇ ਉਮੀਦਾਂ ਦੇ ਖਰਾ ਉਤਰਨਾ ਕਿ ਚੈਲੰਜ ਬੜਾ ਹੁੰਦਾ ਹੈ, ਤੁਸੀਂ ਕੀ ਲੱਗਦਾ ਕਿ ਤੁਹਾਡੇ ਹਲਕੇ ਤੁਸੀਂ ਕੋਈ ਇੱਕ ਦੋ ਕੰਮ ਇਹੋ ਜਿਹੇ ਵੀ ਜਿਹੜੇ ਲੋਕੀ ਤੁਹਾਨੂੰ ਯਾਦ ਰੱਖਣ? ਦੇਖੋ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦੇਖੋ ਕਈ ਇਹੋ ਜਿਹੇ ਕੰਮ ਮੈਂ ਕਰਾਏ ਆ ਜਿਹੜੇ ਪਿਛਲੇ 40-50 ਸਾਲ ਤੋਂ ਨਹੀਂ ਹੋਏ ਸੀ, ਠੀਕ ਹੈ ਜੀ। ਮੰਡੀ ਗੋਬਿੰਦਗੜ੍ਹ ਚ ਸਾਰਾ ਦਿਨ ਟ੍ਰੈਫਿਕ ਜੈਮ ਰਹਿੰਦੀ ਆ ਕਿਉਂਕਿ ਉਹ ਵੱਡੇ ਵੱਡੇ ਟਰਾਲੇ ਆਇਰਨ ਸਟੀਲ ਦੇ ਰੋਡਸ ਦੇ ਚੱਲਦੇ ਸੀ। ਮੈਂ ਅੰਬੇ ਮਾਜਰਾ ਚ 30 ਕਰੋੜ ਦਾ ਨਵਾਂ ਓਵਰ ਬ੍ਰਿਜ ਬਣਵਾ ਤਾ, ਅੱਜ ਉੱਥੇ ਕੋਈ ਟ੍ਰੈਫਿਕ ਜੈਮ ਨਹੀਂ ਹੈ, ਠੀਕ ਹੈ ਜੀ। ਖੰਨੇ ਦਾ ਜਿਹੜਾ ਇੰਡਸਟਰੀਅਲ ਕੰਪਲੈਕਸ ਸੀ ਉਹਨੂੰ 10 ਕਰੋੜ ਰੁਪਈਆ ਕੇਂਦਰ ਸਰਕਾਰ ਤੋਂ ਲਿਆ ਕੇ ਉਹਦਾ ਇਨਫਰਾਸਟਰਕਚਰ ਮੈਂ ਠੀਕ ਕਰਾਇਆ। ਆ ਜਿਹੜਾ ਦੁਰਾਹੇ ਤੇ ਉਹ ਰੇਲਵੇ ਤੇ ਇੱਕ ਨਹੀਂ ਆ, ਉੱਥੇ ਕਿਲੋਮੀਟਰਾਂ ਦੇ ਕਿਲੋਮੀਟਰ ਟ੍ਰੈਫਿਕ ਰੁਕਦੀ ਆ, ਉਹ ਮੈਂ 100% ਰੇਲਵੇ ਤੋਂ ਲਿਆ ਕੇ 70 ਕਰੋੜ ਰੁਪਈਏ ਲਿਆ ਕੇ ਦਿੱਤੇ। ਹਲਵਾਰੇ ਚ ਇੰਟਰਨੈਸ਼ਨਲ ਏਅਰਪੋਰਟ ਬਣਵਾਇਆ, ਉਹ ਬਣ ਰਿਹਾ ਬਸ ਹੁਣ ਥੋੜਾ 2-4-6 ਮਹੀਨੇ ਚ ਚਾਲੂ ਹੋ ਜੂਗਾ। ਮੰਡੀ ਅਹਿਮਦਗੜ੍ਹ ਚ ਮੇਰੇ ਖਿਆਲ ਪਿਛਲੇ 70 ਸਾਲ ਤੋਂ ਉੱਥੇ ਪ੍ਰੋਬਲਮ ਸੀ, ਉਹ ਰੇਲਵੇ ਓਵਰ ਬ੍ਰਿਜ ਦੀ ਉਹ ਪੂਰਾ ਕਰਵਾ ਕੇ ਚਾਲੂ ਕਰਵਾਇਆ, ਹੁਣ ਉਹ ਚੱਲ ਰਿਹਾ ਹੈਗਾ। ਬਹੁਤ ਸਾਰੇ ਅੰਡਰ ਬ੍ਰਿਜ, ਬਹੁਤ ਸਾਰਾ ਸਮਰਾਲੇ ਚ ਬਣਵਾਇਆ, ਬਹੁਤ ਸਾਰੇ ਕੰਮ ਹੋਏ ਵੀ ਆ। ਲੇਕਿਨ ਫਿਰ ਵੀ ਮੈਂ ਜਿਹੜੀ ਮੇਨ ਮੰਗ ਕੀਤੀ ਸੀ ਕਿ ਫਤਿਹਗੜ੍ਹ ਸਾਹਿਬ ਪਵਿੱਤਰ ਧਰਤੀ ਨੂੰ ਇੰਟਰਨੈਸ਼ਨਲ ਲੈਵਲ ਦਾ ਇਨਫਰਾਸਟਰਕਚਰ ਦਿਓ ਔਰ ਇੰਟਰਨੈਸ਼ਨਲ ਟੂਰਿਸਟ ਸਰਕਿਟ ਨਾਲ ਇਹਨੂੰ ਜੋੜੋ, ਕਿਉਂਕਿ ਸਾਰੀ ਦੁਨੀਆ ਦੀ ਸਿੱਖ ਸੰਗਤ ਇੱਥੇ ਆਉਣਾ ਚਾਹੁੰਦੀ ਆ। ਉਹ ਉਹਨਾਂ ਨੇ ਮੇਰਾ ਕੰਮ ਨਹੀਂ ਕੀਤਾ। ਫਿਰ ਟ੍ਰੇਨਾਂ ਦੇ ਮਸਲੇ ਹੈਗੇ ਆ, ਟ੍ਰੇਨਾਂ ਰੁਕਣ ਦੇ ਛੋਟੀਆਂ ਛੋਟੀਆਂ ਗੱਲਾਂ ਇਹ ਜਿਹੜੀ ਸਰਕਾਰ ਆ ਤਾਨਾਸ਼ਾਹੀ ਸਰਕਾਰ ਕਹਿਣਾ ਨਹੀਂ ਮੰਨਦੀ। ਹੁਣ ਹਰ ਜਗ੍ਹਾ ਬੰਦਾ ਚਾਹੁੰਦਾ, ਕੁਛ ਜਿਹੜੇ ਖੰਨੇ ਵਾਲੇ ਲੋਕ ਆ ਉਹ ਚਾਹੁੰਦੇ ਆ, ਮੰਡੀ ਗੋਬਿੰਦਗੜ੍ਹ ਵਾਲੇ ਚਾਹੁੰਦੇ ਆ, ਆਪਣਾ ਮੰਡੀ ਅਹਿਮਦਗੜ੍ਹ ਵਾਲੇ ਲੋਕ ਚਾਹੁੰਦੇ, ਬੱਸੀ ਪਠਾਣਾ ਖਮਾਣੋ, ਇੰਨੀਆਂ ਜਗ੍ਹਾ ਨੇ, ਦੁਰਾਹਾ ਹੈਗਾ, ਸਾਨੇਵਾਲ ਜੰਕਸ਼ਨ ਆ, ਉੱਥੇ ਕੋਈ ਚੱਜ ਦੀ ਟ੍ਰੇਨ ਨਹੀਂ ਰੁਕਦੀ ਜਿਹੜੀ ਫਾਸਟ ਟ੍ਰੇਨ ਹੋਵੇ। ਰਹਿਣਗੇ ਬਹੁਤ ਸਾਰੇ ਮੁੱਦੇ ਰਹਿਣਗੇ ਔਰ ਮੈਨੂੰ ਵਿਸ਼ਵਾਸ ਹੈ ਕਿ ਅਸੀਂ ਸਾਡੀ ਸਰਕਾਰ ਬਣੂਗੀ ਔਰ ਅਸੀਂ ਮੈਂ MP ਬਣ ਕੇ ਕਾਂਗਰਸ ਪਾਰਟੀ ਵੱਲੋਂ ਇਹ ਸਾਰੇ ਮੁੱਦਿਆਂ ਦਾ ਹੱਲ ਕਰਾ ਕੇ ਲਿਆਊਂਗਾ, ਕਿਸਾਨਾਂ ਨੂੰ MSP ਤੋਂ ਦਵਾਉਣ ਦਾ ਕੰਮ ਕਰਾਵਾਂਗੇ। ਇੱਕ ਸਵਾਲ ਹੋਰ ਜਹਿਨ ਚ ਆ ਗਿਆ, ਕਾਂਗਰਸ ਦੀ ਗੁੱਟਬਾਜ਼ੀ ਬੜੀ ਚਰਚਾ ਚ ਰਹਿੰਦੀ ਹੈ, ਟਵੀਟ ਵਾਰ ਬੜਾ ਚੱਲਦਾ ਰਹਿੰਦਾ ਹੈ, ਹਾਲਾਂਕਿ ਤੁਸੀਂ ਨਿਰਵਿਵਾਦ ਰਹੇ ਹੋ, ਲੇਕਿਨ ਇਹ ਲੱਗਦਾ ਵੀ ਕਿਤੇ ਨਾ ਕਿਤੇ ਅਸਰ ਪਾਉਂਦੀ ਹੈ, ਕਿਉਂਕਿ ਦੇਖੋ ਗੁੱਟਬਾਜ਼ੀ ਬਹੁਤ ਹੈ ਕਿ ਜਿੱਦਾਂ ਟਿਕਟ ਚ ਵੀ ਹੁੰਦੀ ਹੈ ਜਾਂ ਉਹ ਪਾਰਟੀ ਦੀ ਆਪਸ ਵੀ ਅਸੀਂ ਕਈ ਵਾਰ ਦੇਖਿਆ, ਨਵਜੋਤ ਸਿੱਧੂ ਵਾਲਾ ਐਪੀਸੋਡ ਦੇਖਿਆ। ਦੇਖੋ ਕਾਂਗਰਸ ਪਾਰਟੀ ਬਹੁਤ ਵੱਡੀ ਪਾਰਟੀ ਹੈ, ਸਮੁੰਦਰ ਵਰਗੀ ਪਾਰਟੀ ਆ, ਹਿੰਦੁਸਤਾਨ ਦੇ ਹਰ ਕੋਨੇ ਚ ਹੈਗੀ ਆ, ਇੱਥੇ ਡਿਫਰੈਂਸ ਆਫ ਓਪੀਨੀਅਨ ਰਹਿੰਦਾ ਹੈਗਾ। ਪਰ ਮੈਂ ਸਮਝਦਾ ਇੱਥੇ ਜਿਹੜਾ ਵੀ ਬੰਦਾ ਪਾਰਟੀ ਚ ਹੈਗਾ ਆਖਿਰਕਾਰ ਉਹ ਪਾਰਟੀ ਦੇ ਡਿਸਿਪਲਿਨ ਚ ਰਹਿ ਕੇ ਕੰਮ ਕਰਦਾ ਹੈਗਾ। ਇਹ ਛੋਟੀ ਮੋਟੀ ਕੋਈ ਗੱਲ ਹੁੰਦੀ ਆ, ਕੋਈ ਟਿਕਟ ਮੰਗਦਾ, ਕੋਈ ਫਲਾਣਾ ਕਰਦਾ, ਕੋਈ ਆਪਣਾ ਓਪੀਨੀਅਨ, ਲੇਕਿਨ ਤੁਸੀਂ ਦੇਖਿਓ ਆ ਹੁਣ ਪ੍ਰਚਾਰ ਸ਼ੁਰੂ ਹੋਣ ਵਾਲਾ, ਕਿਸੇ ਵੀ ਲੀਡਰ ਨੇ, ਸਾਰੇ ਲੀਡਰ ਇਕਜੁੱਟ ਹੋ ਕੇ ਕਾਂਗਰਸ ਪਾਰਟੀ ਦਾ ਕੰਮ ਕਰਨਗੇ ਔਰ ਅਸੀਂ ਇੱਥੋਂ 13 ਦੀਆਂ 13 ਸੀਟਾਂ ਜਿੱਤ ਕੇ ਜਾਵਾਂਗੇ, ਇਨਕਲੂਡਿੰਗ ਫਤਿਹਗੜ੍ਹ ਸਾਹਿਬ। ਬਹੁਤ ਬਹੁਤ ਸ਼ੁਕਰੀਆ ਡਾਕਟਰ ਸਾਹਿਬ।
ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਭਾਈ ਸਿੰਘ ਡਾਕਟਰ ਅਮਰ ਸਿੰਘ ਫਤਿਹਗੜ੍ਹ ਸਾਹਿਬ ਤੋਂ ਕਾਂਗਰਸ ਦੇ ਉਮੀਦਵਾਰ ਨੇ ਕਿਹਾ ਕਿ 13 ਦੀ 13 ਸੀਟਾਂ ਜਿੱਤਾਂਗੇ, ਸਰਕਾਰ ਬਣੇਗੀ। ਜਿਹੜੇ ਮੁੱਦੇ ਨੇ ਆਪਣੇ ਹਲਕੇ ਦੇ ਉਹ ਜਿਹੜੇ ਰਹਿ ਗਏ ਨੇ ਉਹ ਲੋਕ ਸਭਾ 'ਚ ਜ਼ਰੂਰ ਚੱਕਾਂਗੇ। ਜਿਹੜੇ ਮੁੱਦੇ ਆਲਰੇਡੀ ਕਿਸਾਨੀ ਦਾ ਮੁੱਦਾ ਹੋਏ, MSP ਦਾ ਮੁੱਦਾ ਹੋਏ, ਉਹ ਦੁਆ ਕੇ ਰਵਾਂਗੇ, ਲੇਕਿਨ ਫੈਸਲਾ ਜਨਤਾ ਦੇ ਹੱਥ ਹੈ। ਵੀਡੀਓ ਜਰਨਲਿਸਟ ਸਨਮ ਦੇ ਨਾਲ ਉਮੇਸ਼ ਸ਼ਰਮਾ, ਨਿਊਜ਼ 18, ਮੋਹਾਲੀ।